ਮੈਂ ਚਾਹੁੰਦਾ ਕਿ ਹਰੀ ਸਿੰਘ ਨਲਵੇ ਦੇ ਇਤਿਹਾਸ ਤੇ ਵੀ ਥੋੜੀ ਜਿਹੀ ਆਪਾਂ ਜਾਣਕਾਰੀ ਪਾਈਏ। ਦੇਖੋ ਜੀ, ਇੱਕ ਤਾਂ ਜਿਹੜੀ ਤੁਸੀਂ ਸ਼ਬਦਾਵਲੀ ਦੱਸੀ ਮੈਨੂੰ, ਉਹਦੇ ਵਿੱਚ ਜਿਹੜੀ ਉਹ ਗੱਲ ਕੀਤੀ ਜਾਂਦੀ ਹੈ ਆਸਟ੍ਰੇਲੀਆ ਦੇ ਵਿੱਚ 11 ਜਰਨੈਲਾਂ ਦੇ ਵਿੱਚੋਂ ਸਿਰਮੋਰ ਚੁਣੇ ਗਏ ਆ, ਇਹ ਕੇਵਲ ਅੱਜ ਦੀ ਗੱਲ ਹੀ ਨਹੀਂ ਹੈ, ਪਹਿਲਾਂ ਤੋਂ ਵੀ ਇਹ ਸਾਡੇ ਕੁਝ ਇਤਿਹਾਸ ਨੂੰ ਅਨਾਲਿਸਿਸ ਕਰਨ ਵਾਲੇ ਇਹ ਪੱਖ ਨੂੰ ਸਾਹਮਣੇ ਰੱਖਦੇ ਆ ਕਿ 1892 ਦੇ ਵਿੱਚ ਲੰਡਨ ਦੀ ਅਖ਼ਬਾਰ ਨੇ ਵੀ ਹਰੀ ਸਿੰਘ ਨਲਵੇ ਨੂੰ ਸਿਰਮੋਰ ਦੱਸਿਆ ਸੀ। ਉਦੋਂ ਵੱਡੇ ਵੱਡੇ ਜਿਹੜੇ ਜਰਨੈਲ ਸੀ ਉਹਨਾਂ ਦਾ ਮੁਲਾਂਕਣ ਕੀਤਾ ਗਿਆ, ਭਾਵੇਂ ਉਹ ਨੈਪੋਲੀਅਨ ਹੋਵੇ, ਸਿਕੰਦਰ ਹੋਵੇ, ਇਸ ਤਰ੍ਹਾਂ ਚੰਗੇਜ਼ ਖਾਨ ਹੋਵੇ, ਇਹਨਾਂ ਸਾਰਿਆਂ ਦਾ ਮੁਲਾਂਕਣ ਕੀਤਾ ਗਿਆ ਵੀ ਇਹਨਾਂ 'ਚੋਂ ਸਾਰਿਆਂ ਤੋਂ ਸਿਰਮੋਰ ਕਿਹੜਾ ਹੈ। ਅਤੇ ਫਿਰ ਉਸ ਅਖ਼ਬਾਰ ਦੇ ਪੱਤਰਕਾਰ ਨੇ ਗੱਲ ਲਿਖੀ ਕਿ ਮੈਂ ਜੇ ਦੱਸਣਾ ਹੋਵੇ ਵੀ ਸਿਰਮੋਰ ਕਿਹੜਾ ਹੈ ਤਾਂ ਮੇਰੇ ਮੁੱਖ 'ਤੇ ਇੱਕੋ ਹੀ ਨਾਮ ਹੋਊਗਾ, ਉਹ ਹਰੀ ਸਿੰਘ ਨਲੂਆ ਹੈ। ਇਹ ਸਮੇਂ ਸਮੇਂ 'ਤੇ, ਕੇਵਲ ਅੱਜ ਦੀ ਗੱਲ ਨਹੀਂ, ਕਿਉਂਕਿ ਇਹ ਸਾਨੂੰ ਦੱਸਣਾ ਜ਼ਰੂਰੀ, ਕਈ ਵਾਰੀ ਇੰਝ ਲੱਗਦਾ ਵੀ ਅੱਜ ਹੀ ਕਿਤੇ ਸਮਝ ਲੱਗ ਰਹੀ ਹੈ, 1892 ਦੀ ਗੱਲ ਅੱਜ ਫਿਰ ਗੱਲ ਸਾਹਮਣੇ ਆਈ। ਇਹਦਾ ਇੱਕ ਕਾਰਨ ਹੈ, ਉਹਨੂੰ ਬੜਾ ਵੱਡਾ ਜਰਨੈਲ ਕਰਕੇ ਦੁਨੀਆ ਅੱਜ ਕਿਉਂ ਦੇਖ ਰਹੀ ਹੈ। ਇੱਕ ਤਾਂ ਜਿਹੜੀ ਅਸੀਂ ਬੜੀ ਪ੍ਰਚਲਿਤ ਗੱਲ ਸੁਣੀ ਹੈਗੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ 'ਤੇ ਜਾ ਰਹੇ ਆ ਅਤੇ ਇਹ ਹਰੀ ਸਿੰਘ ਨਲੂਆ ਉਹਨਾਂ ਦਾ ਨਿੱਜੀ ਅੰਗ ਰੱਖਸ਼ਕ ਹੈ, ਉਹ ਵੀ ਨਾਲ ਹੈ, ਉਮਰ 17 ਸਾਲ ਦੀ। ਉਦੋਂ ਸ਼ੇਰ ਨਿਕਲ ਆਉਂਦਾ ਹੈ, ਹਰੀ ਮਹਾਰਾਜਾ ਰਣਜੀਤ ਸਿੰਘ ਉਹਦੇ ਨਾਲ ਯੁੱਧ ਕਰਨ ਦਾ ਵਾਲੇ ਪਾਸੇ ਤੁਰਦਾ ਹੈ ਅਤੇ ਹਰੀ ਸਿੰਘ ਨਲੂਆ ਰੋਕ ਕੇ ਕਹਿੰਦਾ ਵੀ ਨਹੀਂ ਮਹਾਰਾਜਾ ਜੀ, ਮੈਂ ਤੁਹਾਡਾ ਅੰਗ ਰੱਖਸ਼ਕ ਹਾਂ, ਇਹਦੇ ਨਾਲ ਯੁੱਧ ਕਰਨਾ ਪਹਿਲਾਂ ਮੇਰਾ ਫਰਜ਼ ਹੈ, ਜੇ ਮੈਂ ਖਤਮ ਹੋ ਗਿਆ ਤਾਂ ਤੁਸੀਂ ਯੁੱਧ ਕਰ ਲਿਓ। ਹਰੀ ਸਿੰਘ ਨਲੂਆ ਉਹਦੇ ਨਾਲ ਡਿਊਟੀ ਨਿਭਾਉਂਦੇ ਆ, ਹਾਂ ਡਿਊਟੀ ਨਿਭਾਉਂਦੇ, ਯੁੱਧ ਕਰਦੇ ਆ, ਆਪਣੇ ਗਾਤਰੇ ਪਈ ਕਿਰਪਾਨ ਦੇ ਨਾਲ ਲੜਦੇ ਆ। ਅਤੇ ਇਤਿਹਾਸ ਦੇ ਵਿੱਚ ਇਹ ਵੀ ਮਿਲਦਾ ਵੀ ਚਲੋ ਉਹ ਕਿਰਪਾਨ ਹੱਥੋਂ ਛੁੱਟਦੀ ਆ, ਪਰ ਫਿਰ ਉਹ ਕੀ ਕਰਦੇ ਆ ਕਿ ਆਪਣੇ ਹੱਥਾਂ ਦੇ ਨਾਲ ਉਹਦਾ ਜਬਾੜਾ ਫੜ ਕੇ ਪਾੜ ਦਿੰਦੇ ਆ। ਇਹ ਗੱਲ ਕੋਈ ਛੋਟੀ ਨਹੀਂ ਹੈਗੀ, ਸਾਡੇ ਜਿਹੜੇ ਤਕੜੇ ਤਕੜੇ ਵਿਦਵਾਨਾਂ ਨੇ ਘੋਖ ਕਰਕੇ ਗੱਲ ਲਿਖੀ ਹੈ, ਕਹਿੰਦੇ ਵੀ ਜਿਹੜਾ ਸ਼ੇਰ ਦੇ ਜਬਾੜੇ ਦਾ ਪ੍ਰੈਸ਼ਰ ਹੁੰਦਾ ਹੈ ਨਾ, ਉਹ 996 ਪਾਉਂਡ ਪਰ ਸਕੇਅਰ ਇੰਚ ਹੁੰਦਾ ਹੈ। ਮਤਲਬ ਐਡਾ ਪ੍ਰੈਸ਼ਰ ਅਤੇ ਉਹਨੂੰ ਇੰਝ ਫੜ ਕੇ ਪਾੜ ਦੇਣਾ, ਇਹ ਕੋਈ ਸੌਖੀ ਗੱਲ ਨਹੀਂ ਹੁੰਦੀ, ਇਹ ਕੋਈ ਬੜਾ ਵੱਡਾ ਜਰਨੈਲ ਹੀ ਕਰ ਸਕਦਾ। ਉਸ ਤੋਂ ਬਾਅਦ ਹੀ ਉਹਦਾ ਨਾਮ ਨਲੂਆ ਮਸ਼ਹੂਰ ਹੋਇਆ ਸੀ, ਕਿਉਂਕਿ ਇਹ ਕੰਮ ਰਾਜਾ ਨਲ ਕਰਦਾ ਹੁੰਦਾ ਸੀ ਸ਼ੇਰਾਂ ਨੂੰ ਮਾਰਨ ਦਾ, ਤੋਂ ਰਾਜੇ ਨਲ ਤੋਂ ਉਹਦਾ ਨਾਮ ਨਲੂਆ ਪੈ ਗਿਆ। ਜਿਹੜਾ ਮਨੁੱਖ ਹੱਥਾਂ ਤੋਂ ਫੜ ਕੇ ਜਬਾੜਾ ਪਾੜ ਸਕਦਾ ਹੈ, ਇਹ ਗੱਲ ਤਾਂ ਸਭ ਨੂੰ ਪਤਾ ਹੈ, ਪਰ ਇਕੱਲੇ ਇਸ ਪੱਖ ਤੋਂ ਹੀ ਨਹੀਂ ਸਾਨੂੰ ਸਮਝਣਾ ਚਾਹੀਦਾ। ਹਰੀ ਸਿੰਘ ਨਲੂਆ ਕੇਵਲ ਡੌਲਿਆਂ ਕਰਕੇ ਹੀ ਜਰਨੈਲ ਨਹੀਂ ਸੀ, ਸਾਡੇ ਇਤਿਹਾਸ ਦੇ ਵਿੱਚ ਇਹ ਵੀ ਗੱਲ ਲਿਖੀ ਹੈ ਕਿ ਉਹ ਇੰਟੈਲੀਜੈਂਟ ਬੰਦਾ ਵੀ ਬੜਾ ਸੀ। ਜਦੋਂ ਇਹ ਗੱਲ ਅੰਗਰੇਜ਼ ਲਿਖਦੇ ਪਏ ਆ ਕਿ ਜਦੋਂ ਅੰਗਰੇਜ਼ ਹਰੀ ਸਿੰਘ ਨਲੂਏ ਨਾਲ ਗੱਲ ਕਰਦੇ ਸੀ ਨਾ, ਅਤੇ ਹਰੀ ਸਿੰਘ ਨਲੂਆ ਉਹਨਾਂ ਦੇ ਨਾਲ ਇੰਗਲਿਸ਼ ਦੇ ਵਿੱਚ ਇੰਝ ਗੱਲ ਕਰਦਾ ਸੀ, ਪਤਾ ਹੀ ਨਹੀਂ ਸੀ ਲੱਗਦਾ ਵੀ ਇਹ ਅੰਗਰੇਜ਼ ਆ ਕੇ ਪੰਜਾਬੀ ਹੈ। ਮਤਲਬ ਕਿ ਇੰਟੈਲੀਜੈਂਟ, ਔਰ ਆਪਾਂ ਇਹ ਨਹੀਂ ਵੀ ਇੰਟੈਲੀਜੈਂਟ ਅਸੀਂ ਇਸ ਪੈਰਾਮੀਟਰ ਤੋਂ ਹੀ ਵੇਖਣਾ ਵੀ ਉਹਨੂੰ ਇੰਗਲਿਸ਼ ਆਉਂਦੀ ਸੀ, ਗੱਲ ਇਹ ਸੀ ਵੀ ਉਹਨੂੰ ਮਲਟੀਪਲ ਭਾਸ਼ਾਵਾਂ ਆਉਂਦੀਆਂ ਸੀ, ਮਾਤ ਭਾਸ਼ਾ ਤਾਂ ਆਉਂਦੀ ਸੀ, ਹੋਰ ਵੀ ਕਈ ਭਾਸ਼ਾਵਾਂ ਆਉਂਦੀਆਂ ਸੀ ਉਹਨੂੰ। ਅਤੇ ਇਸ ਤੋਂ ਇਲਾਵਾ ਤਲਵਾਰਬਾਜ਼ੀ ਦਾ ਜ਼ੋਰ ਬਖੂਬੀ ਜਾਣਦਾ ਸੀ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰੀ ਉਹਦੀ ਪਰਖ ਵੀ ਲਈ ਸੀ, ਵੀ ਉਹਦੇ ਤਲਵਾਰ ਦੇ ਜ਼ੋਰ ਦੀ, ਉਹਦੇ ਮਾਰਸ਼ਲ ਆਰਟ ਦੀ ਪਰਖ ਵੀ ਲਈ ਸੀ। ਕਹਿੰਦੇ ਵੀ ਇੱਕ ਮੰਜੇ ਥੱਲੇ ਕਾਂ ਬਿਠਾਇਆ ਗਿਆ ਅਤੇ ਉਹਨੂੰ ਕਿਹਾ ਵੀ ਤੂੰ ਤਲਵਾਰ ਦੇ ਨਾਲ ਇੰਨੀ ਤੇਜ਼ ਤਲਵਾਰਬਾਜ਼ੀ ਕਰਨੀ ਵੀ ਕਾਂ ਨੂੰ ਉੱਡਣ ਨਹੀਂ ਦੇਣਾ, ਮੰਜੇ 'ਤੇ ਥੱਲੇ ਕਾਂ ਬੈਠਾ ਹੋਵੇ। ਅਤੇ ਇਹਨੇ ਇੰਨੀ ਫੁਰਤੀ ਦੇ ਨਾਲ ਕੀਤੀ ਵੀ ਕਾਂ ਹਿੱਲ ਤੱਕ ਨਹੀਂ ਸਕਿਆ। ਤੁਸੀਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਹ ਸਿਰਮੋਰ ਜਰਨੈਲ ਹਰੀ ਸਿੰਘ ਨਲੂਏ ਨੇ ਐਸੀ ਤਲਵਾਰਬਾਜ਼ੀ ਕੀਤੀ ਕਿ ਉਹ ਜਿਹੜਾ ਕਾਂ ਸੀ ਉਹ ਉੱਡ ਵੀ ਨਹੀਂ ਸਕਿਆ। ਤੋ ਇਹ ਜਿਹੜੇ ਇੰਨੇ ਤਕੜੇ ਤੱਤ ਹੁੰਦੇ, ਇੱਕ ਇਹ ਵੀ ਗੱਲ ਇਤਿਹਾਸ ਦੇ, ਹੁਣ ਇਤਿਹਾਸ ਦੇ ਵਿੱਚੋਂ ਗੱਲਾਂ ਬੜੀਆਂ, ਪਰ ਜਿਹੜੀਆਂ ਸਾਨੂੰ ਇੰਸਪਾਇਰ ਕਰਦੀਆਂ। ਦੇਖੋ ਹਰੀ ਸਿੰਘ ਨਲੂਆ ਐਵੇਂ ਹੀ ਐਡਾ ਵੱਡਾ ਜਰਨੈਲ ਨਹੀਂ ਬਣਿਆ, ਇਹ ਅੱਜ ਨੌਜਵਾਨੀ ਨੂੰ ਵੀ ਸਮਝ ਲੈਣਾ ਚਾਹੀਦਾ। ਇੱਕ ਹੁੰਦੀ ਇਕੱਲੀ ਡੌਲਿਆਂ ਵਾਲੀ ਜਾਨ, ਪਰ ਇਹਦੇ ਕੋਲ ਇੱਕ ਸਪਿਰਚੁਅਲ ਤਾਕਤ ਵੀ ਬਹੁਤ ਸੀ। ਜਿੰਨਾ ਕਿ ਇੱਕ ਥਾਂ 'ਤੇ ਮੈਨੂੰ ਇਹ ਵੀ ਪੜ੍ਹਨ ਨੂੰ ਮਿਲਿਆ, ਕਹਿੰਦੇ ਵੀ ਇਹ ਆਪਣੀ ਫੌਜ ਦੇ ਵਿੱਚ ਉਹਨਾਂ ਨੂੰ ਹੀ ਰੱਖਦਾ ਸੀ ਜਿਹੜੇ ਨਿਤਨੇਮੀ ਸੀ, ਜਿਹਨਾਂ ਦਾ ਨਿਤਨੇਮ ਮਿਸ ਹੋ ਜਾਂਦਾ ਸੀ ਉਹਨਾਂ ਨੂੰ ਫੌਜ 'ਚੋਂ ਕੱਢ ਦਿੰਦਾ ਸੀ। ਅਤੇ ਉਹ ਜਰਨੈਲ ਕਿੱਡਾ ਵੱਡਾ ਹੋਏਗਾ ਆਪਦੇ, ਜਿਹੜੀ ਸਰਦਾਰ ਹਰੀ ਸਿੰਘ ਨਲਵੇ ਦੀ ਜਿਹੜੀ ਆਪਦੀ ਬਟਾਲੀਅਨ ਸੀ ਉਹਦੇ ਵਿੱਚ ਸਾਰੇ ਨਿਤਨੇਮੀ ਸੀ। ਆਪਦੀ ਬਟਾਲੀਅਨ ਦੀ ਗੱਲ ਕਰ ਰਹੇ, ਜਿਹੜੀ ਸਿੱਖ ਬਟਾਲੀਅਨ ਸੀ ਉਹਦੀ, ਉਹਦੇ ਵਿੱਚ ਨਿਤਨੇਮੀ ਹੋਣਾ ਜ਼ਰੂਰੀ ਸੀ। ਜਿਹੜਾ ਨਿਤਨੇਮ ਸਿੱਖ ਨਿਤਨੇਮ ਨਹੀਂ ਸੀ ਨਾ ਕਰਦਾ, ਉਹਨੂੰ ਬਾਹਰ ਕਰ ਦਿੰਦਾ, ਫੌਜ 'ਚ ਕੱਢ ਦਿੰਦਾ ਸੀ, ਕਿਉਂਕਿ ਉਹ ਕਹਿੰਦਾ ਸੀ ਜੰਗ ਜਿੱਤਾਂਗੇ ਗੁਰੂ ਦੀ ਰਹਿਮ ਨਾਲ ਜਿੱਤਾਂਗੇ, ਤਾਕਤਾਂ ਨਾਲ, ਡੌਲਿਆਂ ਦੀ ਤਾਕਤ ਨਾਲ ਇਕੱਲਿਆਂ ਨਹੀਂ ਜਿੱਤੀ ਜਾ ਸਕਦੀ। ਹੁਣ ਦੇਖੋ, ਕਹਿਣ ਤੋਂ ਭਾਵ ਵੀ ਇਕੱਲੇ ਉਹਦੀ ਸਰੀਰਕ ਤਾਕਤ ਵਾਲੇ ਪਾਸੇ ਨਾ ਜਾਵੇ, ਉਹ ਸਪਿਰਚੁਅਲੀ ਕਿੰਨਾ ਸਟਰੋਂਗ ਸੀ। ਸਪਿਰਚੁਅਲੀ ਇਹ ਜਿਹੜੀ ਕਹਾਣੀ ਆਉਂਦੀ ਹੈ ਕਿ ਪਠਾਨਾਂ ਨੇ ਡਰਦਿਆਂ ਸੁੱਥਣਾ ਪਾ ਲਈਆਂ, ਬਿਲਕੁਲ। ਦੇਖੋ ਹੁਣ ਆਪਾਂ ਇਹ ਜਾਣਦੇ ਹਾਂ ਦਰਾਏ ਖੈਬਰ ਨੂੰ ਅੱਜ ਅਮਰੀਕਾ ਵੀ ਜਿੱਤ ਨਹੀਂ ਸਕਿਆ। ਅੱਜ ਡਰੋਨਾਂ ਦੇ ਨਾਲ ਹਮਲੇ ਕੀਤੇ ਜਾਂਦੇ ਆ, ਕਿਉਂਕਿ ਉਹਨਾਂ ਨੂੰ ਖਤਰਾ ਹੈ ਕਿ ਪਾਇਲਟ ਵਾਲੇ ਜਹਾਜ਼ 'ਚ ਵੀ ਜਾਵਾਂਗੇ ਨਾ, ਉਹ ਹਮਲਾ ਕਰਕੇ ਉਹ ਵੀ ਡੇਗ ਲੈਣਗੇ, ਇਸ ਕਰਕੇ ਡਰੋਨਾਂ ਨਾਲ ਹਮਲੇ ਕੀਤੇ ਜਾਂਦੇ ਉੱਥੇ। ਉਹ ਮਨੁੱਖ, ਉਸ ਜਰਨੈਲ ਨੇ ਉਸ ਦਰਾਏ ਖੈਬਰ ਨੂੰ ਜਿੱਤਿਆ, ਨਾ ਪਹਿਲਾਂ ਕਦੀ ਜਿੱਤ ਸਕਿਆ ਸੀ, ਨਾ ਉਸ ਤੋਂ ਬਾਅਦ ਅੱਜ ਤੱਕ ਕੋਈ ਜਿੱਤ ਸਕਿਆ।
ਜਿੱਤਿਆ ਤੇ ਹਰੀ ਸਿੰਘ ਨਾਲ ਜਿੱਤਿਆ ਤੇ ਹਰੀ ਸਿੰਘ ਨਲੂਏ ਨੇ ਤੇ ਉਸ ਮਨੁੱਖ ਦੀ ਬਹਾਦਰੀ ਇੰਨੀ ਸੀ ਤੁਸੀਂ ਆਪਾਂ ਜਿੰਨੀਆਂ ਗੱਲਾਂ ਦੱਸੀਆਂ ਜਿਹੜਾ ਮਨੁੱਖ ਸ਼ੇਰ ਦਾ ਜਵਾੜਾ ਪਾੜ ਸਕਦਾ ਹੈ ਜਿਹੜਾ ਤਲਵਾਰਬਾਜ਼ੀ ਦਾ ਇੰਨੀ ਫੁਰਤੀ ਨਾਲ ਕਰਦਾ ਵੀ ਕਾਂ ਉੱਡਣ ਤੱਕ ਨਹੀਂ ਦਿੰਦਾ ਜਿਹੜਾ ਸਪਿਰਚੁਅਲੀ ਇੰਨਾ ਸਟਰੋਂਗ ਆ ਅਤੇ ਪਠਾਨ ਇੰਨੇ ਅੰਦਰੋਂ ਡਰ ਜਾਂਦੇ ਆ ਕਹਿੰਦੇ ਇੱਕ ਆਹ ਵੀ ਗੱਲਾਂ ਹੋ ਗਈਆਂ ਜਦੋਂ ਮਾਂ ਉੱਥੇ ਕਿਤੇ ਸਵਾਉਂਦੀ ਸੀ ਨਾ ਬੱਚੇ ਨੂੰ ਕਹਿੰਦੇ ਸੀ ਸੌਂ ਜਾ ਪੁੱਤ ਨਲੂਆ ਆਜੂਗਾ ਆਹ ਗੱਲਾਂ ਪ੍ਰਚਲਿਤ ਸੀ ਇੱਥੇ ਤਾਂ ਕਹਿ ਦਿੰਦੇ ਆ ਕਿ ਸ਼ੇਰ ਆਜੂ ਕੁੱਤਾ ਆਜੂ ਬਿੱਲੀ ਆਜੂ ਬਿਲਕੁਲ ਹਾਂ ਇਹ ਮਾਫ਼ ਕਰਨਾ ਇਹ ਚੀਜ਼ਾਂ ਕਰੰਚ ਚੱਲਦੀਆਂ ਚੱਲਦੀਆਂ ਪਰ ਉੱਥੇ ਕੀ ਕਹਿੰਦੇ ਸੀਗੇ ਨਲੂਆ ਆਜੂਗਾ ਹਰੀਆ ਆਜੂਗਾ ਹਰੀਆ ਆਜੂਗਾ ਤੁਸੀਂ ਇਹ ਇਹ ਵੇਖੋ ਕਿੱਡਾ ਜਰਨੈਲ ਸੀ ਅਤੇ ਇਹੋ ਜਿਹਾ ਖੌਫ ਜਿਹੜਾ ਉਹਨਾਂ ਪਠਾਨਾਂ 'ਚ ਪੈ ਗਿਆ ਉਹਨਾਂ ਨੇ ਸੁੱਥਣਾ ਪਾ ਲਈਆਂ ਵੀ ਸਾਡੀ ਪਛਾਣ ਨਾ ਆਵੇ ਕਿਤੇ ਇੰਨੇ ਡਰ ਗਏ ਸੀ ਉਹ ਅੰਦਰੋਂ